ਉਧਰ ਸੰਗਰੂਰ ਦੇ ਵਿੱਚ ਪੈਂਦੇ ਸੰਤ ਲੌਂਗੋਵਾਲ ਇੰਸਟੀਚਿਊਟ ਦੇ ਬੀਤੇ ਦਿਨੀ 7 ਵਿਦਿਆਰਥੀ ਕੁੱਲੂ ਦੇ ਵਿੱਚ ਲਾਪਤਾ ਹੋ ਗਏ ਸੀ। ਇਸ ਦੇ ਚੱਲਦੇ ਹੋਸਟਲ ਦੇ ਵਿਦਿਆਰਥੀਆਂ ਵੱਲੋਂ ਉਹਨਾਂ ਦੀ ਵਾਪਸੀ ਲਈ ਅਰਦਾਸ ਕੀਤੀ ਗਈ ਹੈ। ਵਿਦਿਆਰਥੀਆਂ ਨੇ ਸਰਕਾਰ ਨੂੰ ਪੂਰੀ ਤਾਕਤ ਦੇ ਨਾਲ ਸਰਚ ਮੁਹਿੰਮ ਛੇੜਨ ਦੀ ਅਪੀਲ ਵੀ ਕੀਤੀ ਗਈ ਹੈ। ਫਿਲਹਾਲ ਕੁੱਲੂ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੂੰ ਵਿਦਿਆਰਥੀਆਂ ਦੇ ਪੈਰਾਂ ਦੇ ਨਿਸ਼ਾਨ ਮਿਲ ਗਏ ਨੇ। 8 ਮਾਰਚ ਨੂੰ ਜ਼ਿਲ੍ਹਾ ਸੰਗਰੂਰ ਦੇ ਲੌਂਗੋਵਾਲ ਦੇ ਸਲਾਈਟ ਕਾਲਜ ਤੋਂ 7 ਵਿਦਿਆਰਥੀ ਕਾਲਜ ਪ੍ਰਬੰਧਕਾਂ ਨੂੰ ਬਿਨਾਂ ਦੱਸੇ ਹਿਮਾਚਲ ਦੇ ਕੁੱਲੂ ਵਿੱਚ ਟ੍ਰੈਕਿੰਗ ਕਰਨ ਚਲੇ ਗਏ, ਪਰ ਸ਼ੁੱਕਰਵਾਰ ਨੂੰ ਅਚਾਨਕ ਉਹ ਕਿਤੇ ਲਾਪਤਾ ਹੋ ਗਏ। ਇਸ ਦੀ ਸੂਚਨਾ ਜਦੋਂ ਹੀ ਲੌਂਗੋਵਾਲ ਕਾਲਜ ਤੱਕ ਪਹੁੰਚੀ ਤਾਂ ਉਸ ਸਮੇਂ ਨਾ ਸਿਰਫ ਕਾਲਜ ਪ੍ਰਬੰਧਕ ਚਿੰਤਾ ਵਿੱਚ ਪੈ ਗਿਆ ਬਲਕਿ ਉਹਨਾਂ ਦੇ ਸਾਥੀ ਵਿਦਿਆਰਥੀ ਵੀ ਕਾਫ਼ੀ ਸਦਮੇ ਵਿੱਚ ਨੇ। ਅੱਜ ਉਹਨਾਂ ਦੇ ਸਾਥੀ ਵਿਦਿਆਰਥੀਆਂ ਨੇ ਕਾਲਜ ਦੇ ਵਿੱਚ ਹੋਸਟਲ ਨੰਬਰ 3 ਦੇ ਅੱਗੇ ਸਾਥੀਆਂ ਦੀ ਵਾਪਸੀ ਲਈ ਰੱਬ ਅੱਗੇ ਅਰਦਾਸ ਕੀਤੀ। ਹੋਸਟਲ ਦੇ ਸਟਾਫ ਨੇ ਵੀ ਇਸ ਅਰਦਾਸ ਦੇ ਵਿੱਚ ਸ਼ਿਰਕਤ ਕੀਤੀ। ਵਿਦਿਆਰਥੀਆਂ ਨੇ ਸਰਕਾਰ ਨੂੰ ਲਾਪਤਾ ਵਿਦਿਆਰਥੀਆਂ ਨੂੰ ਲੱਭਣ ਲਈ ਪੂਰੀ ਤਾਕਤ ਝੋਕਣ ਦੀ ਅਪੀਲ ਵੀ ਕੀਤੀ ਹੈ। ਜਦ ਵੀ ਸਾਨੂੰ ਕੱਲ੍ਹ ਸਵੇਰੇ ਇਸ ਨਿਊਜ਼ ਦਾ ਪਤਾ ਲੱਗਿਆ ਸੀਗਾ ਅਤੇ ਸਾਰੇ ਦੇ ਸਾਰੇ ਹੋਸਟਲ ਦੇ ਵਿੱਚ ਤਾਂ ਇਸ ਇੱਕ ਤਰ੍ਹਾਂ ਦਾ ਮਾਤਮ ਹੀ ਛਾ ਗਿਆ ਸੀਗਾ। ਕਿਸੇ ਨੇ ਖਾਣਾ ਨਹੀਂ ਅੱਛੇ ਤਰੀਕੇ ਨਾਲ ਖਾਧਾ, ਕਿਸੇ ਨੇ ਕੋਈ ਗੱਲ ਨਹੀਂ ਕਿਸੇ ਨਾਲ ਅੱਛੇ ਤਰੀਕੇ ਨਾਲ ਕਰ ਰਿਹਾ। ਈਵਨ ਕਿ ਰਾਤ ਨੂੰ ਬੱਚੇ ਵੀ ਜਿਹੜੇ ਸੌਣ ਲੱਗੇ ਆ ਘੱਟ ਤੋਂ ਘੱਟ 3-4 ਵਜੇ ਦਾ ਕਿਸੇ ਚੀਜ਼ ਦੀ ਖਬਰਾਂ ਦੇ ਉੱਤੇ ਦੇਖ ਰਹੇ ਸੀ ਕਿ ਕੋਈ ਨਾ ਕੋਈ ਉਹਨਾਂ ਦੀ ਕੋਈ ਨਿਊਜ਼ ਮਿਲ ਜਾਏ ਤਾਂ ਕਿ ਉਹਨਾਂ ਦੀ ਕੋਈ ਪਤਾ ਲਾਪਤਾ ਹੋਣ ਦਾ ਜਿਹੜਾ ਕਿ ਉਹਨਾਂ ਦਾ ਕੋਈ ਸੁਰਾਗ ਮਿਲ ਜਾਏ। ਬਟ ਹਜੇ ਤੱਕ ਕਿਸੇ ਨੂੰ ਕੋਈ ਸੁਰਾਗ ਨਹੀਂ ਮਿਲ ਪਾਇਆ। ਈਵਨ ਕਿ ਸਾਡੇ ਕਾਲਜ ਦੀ ਵੀ ਫੈਕਲਟੀ ਦੇ ਜੋ ਸੁਣਨ 'ਚ ਆਇਆ ਕਿ ਉੱਥੇ ਗਏ ਨੇ ਮਨਾਲੀ ਇਸ ਟਾਈਮ ਇਸ ਰੈਸਕਿਊ ਓਪਰੇਸ਼ਨ ਦੇ ਵਿੱਚ ਦੇਖਭਾਲ ਕਰਨ ਲਈ। ਤਾਂ ਸਾਡੀ ਅੱਗੇ ਸਰਕਾਰ ਅੱਗੇ ਹੀ ਅਰਦਾਸ ਹੈ, ਅਸੀਂ ਮੰਗ ਕਰਦੇ ਹਾਂ ਕਿ ਸਾਨੂੰ ਘੱਟ ਜਲਦੀ ਤੋਂ ਜਲਦੀ ਸਾਡੇ ਜਿਹੜੇ ਵੀ ਸਟੂਡੈਂਟਸ ਨੇ ਸਾਡੇ ਫਰੈਂਡ ਨੇ ਉਹਨਾਂ ਨੂੰ ਸਾਡੇ ਤੱਕ ਪਹੁੰਚਾਉਣ ਦੇ ਲਈ ਜੋ ਵੀ ਮੈਂ ਹੋ ਸਕਦੀ ਹੈ ਕੋਸ਼ਿਸ਼ ਤੋਂ ਕੋਈ ਸੰਭਵ ਤੋਂ ਸੰਭਵ ਉਹ ਕੀਤੀ ਜਾਵੇ ਤਾਂ ਜੋ ਕਿ ਸਾਡੇ ਜੋ ਫਰੈਂਡ ਨੇ ਉਹ ਸਾਡੇ ਤੱਕ ਪਹੁੰਚ ਸਕਣ ਅਤੇ ਸਾਡੇ ਨਾਲ ਕੱਲ੍ਹ ਨੂੰ ਫਿਰ ਹੱਸਦੀ ਖੁਸ਼ਦੀ ਜੀ ਆਪਣਾ ਜੀਵਨ ਜੋ ਹੈ ਉਹ ਬਤੀਤ ਕਰ ਸਕਣ। ਕੋਈ ਤਾਂ ਇੱਕ ਸਿੰਗਲ ਕਲੂ ਤਾਂ ਮਿਲੇ ਕਿ ਸਾਨੂੰ ਪਤਾ ਲੱਗੇ ਕਿੱਥੇ ਨੇ ਸਾਰੇ ਦੇ ਸਾਰੇ। ਅਸੀਂ ਇਹੀ ਦੁਆ ਕਰ ਰਹੇ ਹਾਂ ਸਰ, ਫੋਨ ਵੀ ਵਾਰ ਤੋਂ ਵਾਰ ਟਰਾਈ ਕਰ ਰਹੇ ਹਾਂ, ਸਾਰੇ ਹੈਲਪਲਾਈਨ ਨੰਬਰ ਸਰਕਾਰ ਨੇ ਜਾਰੀ ਕੀਤੇ ਆ ਕਿ ਸਰ ਇੱਕ ਅੱਧਾ ਕਲੂ ਤਾਂ ਮਿਲੇ ਤਾਂ ਕਿ ਸਾਨੂੰ ਪਤਾ ਲੱਗੇ ਸਾਡੇ ਸਾਰੇ ਸਾਥੀ ਸੇਫ ਹਨ ਕਿ ਨਹੀਂ ਹਨ। ਸਰ ਫੋਨ ਸਾਰਾ ਦਿਨ ਟਰਾਈ ਕਰਦੇ ਰਹਿੰਦੇ ਕਿ ਕਦੇ ਦਾ ਕਦੇ ਨੈਟਵਰਕ ਆਏ ਤਾਂ ਉਹਨਾਂ ਦਾ ਫੋਨ ਮਿਲੇ, ਪਰ ਸਰ ਉੱਥੇ ਤਾਂ ਕੋਈ ਇਲੈਕਟ੍ਰਿਸਿਟੀ ਦਾ ਵੀ ਕੋਈ ਹੈ ਨਹੀਂ ਗਾ ਸਰ, ਕੋਈ ਮਤਲਬ ਜਿੱਥੋਂ ਉਹਨਾਂ ਦਾ ਕੋਈ ਫੋਨ ਦਾ ਕੋਈ ਪਤਾ ਲੱਗ ਸਕੇ। ਸਰ ਅਸੀਂ ਇਹੀ ਦੁਆ ਕਰਦੇ ਹਾਂ ਕਿ ਸਰ ਜਲਦੀ ਜਲਦੀ ਸਰਕਾਰ ਨੂੰ ਕਿ ਬੱਚੇ ਸਾਨੂੰ ਸਲਾਮਤ ਚਾਹੀਦੇ। ਨਹੀਂ ਸਰ ਹਜੇ ਤੱਕ ਤਾਂ ਉਹਨਾਂ ਦੇ ਪਰਿਵਾਰ ਬਾਰੇ ਨਾ ਸਾਡੀ ਤਾਂ ਕੋਈ ਗੱਲ ਨਹੀਂ ਹੋਈ, ਪਰ ਸਰ ਫੈਕਲਟੀ ਵਾਲੇ ਲਗਾਤਾਰ ਕੋਸ਼ਿਸ਼ ਕਰ ਰਹੇ ਆ ਕਿ ਕੋਈ ਨਾ ਕੋਈ ਤਾਂ ਕੋਈ ਨਾ ਕੋਈ ਸੁਰਾਗ ਤਾਂ ਮਿਲੇਗਾ। ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਵੀ ਸਰ ਸਹਿਮਤੀ ਦਿੱਤੀ ਜਾ ਰਹੀ ਕਿ ਬੱਚੇ ਜਲਦੀ ਸਲਾਮਤ ਆ ਜਾਣਗੇ। ਸਰ ਮਤਲਬ ਬਲਾ ਅਰਦਾਸੀ ਵਾਲਾ ਮਾਹੌਲ ਪੈਦਾ ਹੋ ਰਿਹਾ ਜੀ, ਸਭ ਬੱਚਿਆਂ ਨੂੰ ਬੜੀ ਖਿੱਚ ਹੈਗੀ ਵੀ ਸਾਡੇ ਦੋਸਤ ਅਤੇ ਸਾਨੂੰ ਵੀ ਸਾਰੇ ਇੰਸਟੀਟਿਊਟ ਦੇ ਸਟਾਫ ਵੱਲੋਂ ਜੋ ਵੀ ਸਾਰੇ ਪ੍ਰੋਫੈਸਰ ਸਾਹਿਬ ਹਨ ਸਭ ਵੱਲੋਂ ਇਹੀ ਹੈ ਵੀ ਸਾਡੇ ਬੱਚੇ ਸਹੀ ਸਲਾਹ ਤੋਂ ਵਾਪਸ ਆ ਜਾਣ। ਪਰਮਾਤਮਾ ਨੂੰ ਇਹ ਅਰਦਾਸ ਹੈ ਜੀ, ਇਹ ਅਰਦਾਸ ਕਰਦੇ ਹਾਂ ਵਾਹਿਗੁਰੂ ਜੀ। ਮੂਹਰੇ ਬੱਚੇ ਬਹੁਤ ਵਧੀਆ ਸੀਗੇ ਜੀ, ਨਾ ਅਸੀਂ ਪੜ੍ਹਨ ਵਾਲੇ ਸੀਗੇ ਜੀ, ਨਾ ਸਾਰੇ ਬਲੇ ਫੈਮਲੀ ਤਰ੍ਹਾਂ ਬਲੇ ਪਿਆਰ ਨਾਲ ਰਹਿ ਰਹੇ ਹਾਂ, ਇਸ ਤਰ੍ਹਾਂ ਇੱਕ ਪਰਿਵਾਰ ਹੁੰਦਾ ਹੈ ਇਸ ਤਰ੍ਹਾਂ ਹੀ ਰਹਿ ਰਹੇ ਜੀ। ਉਮੀਦ ਹੈ ਵੀ ਜਲਦੀ ਪਤਾ ਲੱਗ ਜਾਏਗਾ ਜੀ, ਬੱਚੇ ਵਾਪਸ ਆ ਜਾਏਗੇ ਸਾਡੇ ਬੱਚੇ ਜੀ। ਦੂਜੇ ਪਾਸੇ ਕਾਲਜ ਸਟਾਫ ਤੇ ਜ਼ਿਲ੍ਹਾ ਪ੍ਰਸ਼ਾਸਨ ਵਿਦਿਆਰਥੀਆਂ ਦੀ ਵਾਪਸੀ ਲਈ ਪੂਰਾ ਜ਼ੋਰ ਲਗਾ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਅਤੇ ਕਾਲਜ ਵੱਲੋਂ ਇੱਕ ਟੀਮ ਹਿਮਾਚਲ ਪ੍ਰਦੇਸ਼ ਲਈ ਰਵਾਨਾ ਵੀ ਕਰ ਦਿੱਤੀ ਗਈ ਹੈ। ਕਾਲਜ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਹ ਨਾ ਸਿਰਫ ਹਿਮਾਚਲ ਸਰਕਾਰ ਦੇ ਲਗਾਤਾਰ ਸੰਪਰਕ ਵਿੱਚ ਨੇ ਬਲਕਿ ਵਿਦਿਆਰਥੀਆਂ ਦੇ ਪਰਿਵਾਰਾਂ ਨਾਲ ਵੀ ਲਗਾਤਾਰ ਰਾਬਤਾ ਬਣਾਏ ਹੋਏ ਨੇ। ਕਾਲਜ ਦੇ ਡੀਨ ਨੇ ਕਿਹਾ ਹੈ ਕਿ ਅਜੇ ਮੌਸਮ ਖਰਾਬ ਹੋਣ ਦੀ ਵਜ੍ਹਾ ਨਾਲ ਵਿਦਿਆਰਥੀਆਂ ਨੂੰ ਲੱਭਣ ਵਿੱਚ ਮੁਸ਼ਕਲ ਆ ਰਹੀ ਹੈ, ਪਰ ਉਹਨਾਂ ਨੇ ਉਮੀਦ ਪ੍ਰਗਟ ਕੀਤੀ ਹੈ ਕਿ ਜਲਦੀ ਹੀ ਕੋਈ ਚੰਗੀ ਖਬਰ ਮਿਲ ਸਕਦੀ ਹੈ। ਅਸੀਂ ਕੱਲ੍ਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸੰਗਰੂਰ ਨਾਲ ਗੱਲ ਕਰਕੇ ਅਤੇ ਉਹਨਾਂ ਵੱਲੋਂ ਸਾਨੂੰ 4 ਨੁਮਾਇੰਦੇ ਦਿੱਤੇ ਗਏ ਸੀ, ਜਿਹਦੇ ਨਾਇਬ ਤਹਿਸੀਲਦਾਰ ਹੈ, ਕਾਨੂੰਨ ਗੋ ਹੈ, ਇੱਕ ASI ਹੈ ਅਤੇ ਇੱਕ ਪੁਲਿਸ ਦਾ ਬੰਦਾ ਹੈ, ਅਤੇ 4 ਬੰਦੇ ਉਹਨਾਂ ਦਿੱਤੇ ਸੀ ਅਤੇ ਸਾਡੇ ਉਹਨਾਂ ਦੇ ਨਾਲ ਸਾਡੀ ਟੀਮ ਜਿਹਦੇ ਚੀਫ ਵਾਰਡਨ ਅਤੇ ਹੋਸਟਲ ਨੰਬਰ 3 ਦੇ ਵਾਰਡਨ ਨਾਲ ਗਏ ਨੇ। ਅੱਜ ਸਵੇਰੇ 4 ਵਜੇ ਉੱਥੇ ਚਲੇ ਗਏ ਅਤੇ ਉਹ ਮੰਡੀ ਤੱਕ ਪਹੁੰਚ ਗਏ ਨੇ ਅਤੇ ਮੈਂ ਜਿਹੜਾ ਹਾਂ ਉੱਥੇ ਦੇ ASP ਜਿਹੜੇ ਮਿਸਟਰ ਨੇਗੀ ਹੈਗੇ ਉਹਨਾਂ ਦੇ ਕੌਂਸਟੈਂਟ ਟੱਚ ਹੈ, ਹੁਣ ਅੱਧਾ ਘੰਟਾ ਪਹਿਲੇ ਮੇਰੇ ਉਹਨਾਂ ਨਾਲ ਗੱਲ ਹੋਈ ਹੈ। ਉਹਨਾਂ ਨੇ ਕਿਹਾ ਕਿ ਅੱਜ ਇੱਕ ਸਵੇਰੇ ਸੋਰਟੀ ਹੈਲੀਕਾਪਟਰ ਨੇ ਲਾਈ ਹੈ, ਬਟ ਮੌਸਮ ਖਰਾਬ ਹੋਣ ਕਾਰਨ ਕਰਕੇ ਹੁਣ ਦੂਜੀ ਸੋਰਟੀ ਨਹੀਂ ਹੋ ਪਾਈ, ਬਟ ਹੀ ਇਜ਼ ਹੋਪਫੁੱਲ ਕਿ ITBP ਦੀ ਜਿਹੜੀ ਟੀਮ ਹੈ ਉਹ ਉਹਨਾਂ ਦੇ ਕਾਫੀ ਨੀਅਰ ਹੈ, ਹੋ ਸਕਦਾ ਹੈ ਕੁਛ ਟਾਈਮ ਦੇ ਵਿੱਚ ਸਾਨੂੰ ਕੋਈ ਅੱਛੀ ਖਬਰ ਮਿਲ ਜਾਵੇ। ਉਧਰ ਹਿਮਾਚਲ ਪੁਲਿਸ ਨੂੰ ਆਸ਼ਾ ਦੀ ਇੱਕ ਉਮੀਦ ਦਿਖਾਈ ਦਿੱਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਵਿਦਿਆਰਥੀਆਂ ਦੇ ਪੈਰਾਂ ਦੇ ਨਿਸ਼ਾਨ ਮਿਲ ਗਏ ਨੇ। ਉਨਕੋ ਨਹੀਂ ਢੂੰਡ ਪਾਇਆ ਮੈਂ, ਕੋਈ ਪਤਾ ਨਹੀਂ ਚਲਾ ਹੈ। ਹਾਂ, ਉਨਕੇ ਫੁੱਟਪ੍ਰਿੰਟਸ ਕਾ ਪਤਾ ਲਗਾ ਜੋ ਹਮਾਰੀ ਟੀਮਸ ਗਈ ਹੈ, ਇਸਕੇ 3 ਟੀਮੇ ਗਈ ਹੈ, ਤੋ ਉਨਕੋ ਫੋਲੋ ਕਰਤੇ ਹੋਏ ਗਏ ਹੈਂ ਔਰ ਉਪਰ ਸੇ ਕਾਫੀ ਬਰਫਬਾਰੀ ਹੋ ਰਹੀ ਹੈ, ਤੋ ਲੋਕ ਵਾਪਸ ਆਏ ਔਰ ਹਮਨੇ
ਚੋਪਰ ਸੇ ਵੀ ਟ੍ਰਾਈ ਕੀਆ ਹੈ। ਜਿੱਥੇ ਹੀ 7 ਵਿਦਿਆਰਥੀਆਂ ਦੀ ਵਾਪਸੀ ਲਈ ਕਾਲਜ ਪ੍ਰਬੰਧ ਆਪਣਾ ਪੂਰਾ ਜ਼ੋਰ ਲਗਾ ਰਿਹਾ ਹੈ, ਉੱਥੇ ਹੀ ਉਹਨਾਂ ਦੇ ਸਾਥੀ ਵਿਦਿਆਰਥੀ ਵੀ ਰੱਬ ਅੱਗੇ ਅਰਦਾਸ ਕਰ ਰਹੇ ਨੇ। ਵੇਖਣਾ ਹੋਵੇਗਾ ਕਿ ਸੱਚੇ ਮਨ ਦੇ ਨਾਲ ਕੀਤੀ ਗਈ ਸਾਥੀਆਂ ਦੀ ਇਹ ਅਰਦਾਸ ਕਦੋਂ ਚੰਗੀ ਖਬਰ ਲੈ ਕੇ ਆਉਂਦੀ ਹੈ ਤੇ ਬੱਚੇ ਆਪਣੇ ਘਰਾਂ ਵਿੱਚ ਵਾਪਸ ਮੁੜਦੇ ਨੇ। ਬਿਊਰੋ ਰਿਪੋਰਟ, ਗਲੋਬਲ ਪੰਜਾਬ ਟੀਵੀ।